ਕੈਨੇਡਾ ਦਾ ਸੂਬਾ ਬ੍ਰਿਟਿਸ਼ ਕੋਲੰਬੀਆ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੋਟਾਂ ਪੈਣੀਆਂ 19 ਅਕਤੂਬਰ 2024 ਨੂੰ। ਸਵਾਲ ਇਹ ਪੈਦਾ ਹੁੰਦਾ ਵੀ ਐਤਕੀ ਜਿੱਤੂ ਕੌਣ ਅਤੇ ਜਿੱਤਣ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਫਰਕ ਕੀ ਪਊ। NDP ਪਿਛਲੀ ਟਰਮ ਦੇ ਵਿੱਚ ਰਾਜ ਕਰਤੀ ਆਉਂਦੀ ਹੈ, ਇਸ ਵੇਲੇ NDP ਕੋਲ 55 ਸੀਟਾਂ, ਕਲੀਅਰ ਕੱਟ ਬਹੁਮਤ ਆ। ਇਹਦਾ ਮੁਕਾਬਲਾ ਹੁੰਦਾ ਸੀ ਆਮ ਤੌਰ ਦੇ ਉੱਤੇ BC ਲਿਬਰਲਸ ਦੇ ਨਾਲ। 1990 ਤੋਂ ਬਾਅਦ ਦੋਵੇਂ ਪਾਰਟੀਆਂ ਇੱਕ ਦੂਜੇ ਦੇ ਨਾਲ ਮੁਕਾਬਲਾ ਕਰਦੀਆਂ ਹੁੰਦੀਆਂ, ਕਦੇ ਲਿਬਰਲ ਜਿੱਤ ਜਾਂਦੇ ਸੀ ਅਤੇ ਕਦੇ BC NDP ਜਿੱਤ ਜਾਂਦੇ ਸੀ। ਹੁਣ ਜਿਹੜੇ BC ਲਿਬਰਲ ਨੇ ਆਪਣਾ ਨਾਮ ਬਦਲ ਕੇ BC ਯੂਨਾਈਟਡ ਰੱਖ ਲਿਆ ਅਤੇ ਮੁਕਾਬਲਾ ਹੋਣਾ ਚਾਹੀਦਾ ਸੀ BC NDP ਦਾ BC ਯੂਨਾਈਟਡ ਦੇ ਨਾਲ, ਜਿਸ ਤਰ੍ਹਾਂ ਕਿ ਆਮ ਤੌਰ 'ਤੇ ਕਿਹਾ ਜਾਂਦਾ, ਅਤੇ ਕਿਉਂਕਿ ਯੂਨਾਈਟਡ ਦੇ ਕੋਲ ਇਸ ਵੇਲੇ 26 ਸੀਟਾਂ ਹੈ। ਪਰ ਜਿਹੜੇ ਸਰਵੇ ਆ ਰਹੇ ਜਾਂ ਜਿਹੜੀਆਂ ਪੋਲਸ ਆ ਰਹੀਆਂ ਉਹ ਦੱਸਦੀਆਂ ਕਿ ਮੁਕਾਬਲਾ ਐਤਕੀ NDP ਅਤੇ BC ਯੂਨਾਈਟਡ ਦਾ ਨਹੀਂ ਹੈ, ਮੁਕਾਬਲਾ ਐਤਕੀ NDP ਅਤੇ BC ਕੰਜ਼ਰਵੇਟਿਵ ਦਾ ਹੈ। ਹੁਣ BC ਕੰਜ਼ਰਵੇਟਿਵ ਕੀ ਆ? BC ਕੰਜ਼ਰਵੇਟਿਵ ਜਿਹਦਾ ਇੱਕ ਵੀ MLA ਨਹੀਂ ਸੀ ਪਿਛਲੀ ਵਾਰੀ ਜਦੋਂ ਵੋਟਾਂ ਹੋਈਆਂ ਉਸ ਵੇਲੇ, ਕਿਉਂਕਿ ਦੋ ਇਹਨਾਂ ਦੇ ਜਿਹੜੇ ਲੀਡਰ ਆ ਜੌਨ ਰਸਟਡ ਅਤੇ ਬਰੂਸ ਬੈਨਮਨ, ਦੋਵੇਂ ਪਹਿਲਾਂ ਲਿਬਰਲ ਪਾਰਟੀ ਦੇ ਵਿੱਚ, ਅਤੇ ਜਿਹੜੇ ਬਰੂਸ ਬੈਨਮਨ ਨੇ ਉਹ ਪਿਛਲੇ ਸਾਲ ਹੀ ਆਹ ਸਤੰਬਰ ਮਹੀਨੇ ਦੇ ਵਿੱਚ ਹੀ ਉਹਨਾਂ ਨੇ ਫਲੋਰ ਕ੍ਰੋਸ ਕਰਕੇ ਅਤੇ ਉਹ ਪਾਰਟੀ ਬਦਲ ਕੇ ਦੂਜੇ ਪਾਸੇ ਚਲੇ ਗਏ। ਜੌਨ ਰਸਟਡ ਵੀ ਪਾਰਟੀ ਬਦਲ ਕੇ BC ਕੰਜ਼ਰਵੇਟਿਵ ਬਣ ਗਏ। ਸੋ ਇਸ ਵੇਲੇ 55 ਸੀਟਾਂ NDP ਕੋਲ ਆ, 2 ਕੰਜ਼ਰਵੇਟਿਵ ਕੋਲ ਆ, 2 ਗ੍ਰੀਨ ਪਾਰਟੀ ਕੋਲ ਆ, 2 ਇੰਡੀਪੈਂਡੈਂਟ ਆ, ਅਤੇ 26 ਸੀਟਾਂ ਜਿਹੜੀਆਂ ਉਹ BC ਯੂਨਾਈਟਡ ਦੇ ਕੋਲ ਆ। ਸਰਵੇ ਜਿਹੜੇ ਹੁਣ ਦੱਸ ਰਹੇ ਆ, ਇੱਕ ਜਿਹੜਾ ਸਰਚ ਕੋ ਨੇ ਸਰਵੇ ਕੀਤਾ ਰੀਸੈਂਟਲੀ, ਉਹਦੇ ਵਿੱਚ ਇਹ ਦੱਸਿਆ ਇਸ ਪੋਲ ਦੇ ਵਿੱਚ ਕਿ 42% ਲੋਕ ਇਸ ਵੇਲੇ NDP ਨੂੰ ਸਪੋਰਟ ਕਰਦੇ ਆ, 32% BC ਕੰਜ਼ਰਵੇਟਿਵ ਨੂੰ ਸਪੋਰਟ ਕਰਦੇ ਆ, ਜਿਹੜੀ ਪਿਛਲੀ ਵਾਰੀ ਕਿਤੇ ਹੈ ਹੀ ਨਹੀਂ ਸੀ, ਅਤੇ 12% ਜਿਹੜੇ ਉਹ BC ਯੂਨਾਈਟਡ ਨੂੰ ਕਰਦੇ। ਹੁਣ ਇਹ ਇੱਕ ਸਵਾਲ ਬਹੁਤ ਵੱਡਾ ਆ ਕਿ ਜਿਹੜੀ ਪਾਰਟੀ ਦੀ ਹੋਂਦ ਕੋਈ ਐਡੇ ਵੱਡੇ ਮਾਇਨੇ ਪਿਛਲੀ ਇਲੈਕਸ਼ਨ ਦੇ ਵਿੱਚ ਨਹੀਂ ਰੱਖਦੀ ਸੀ, ਉਹ ਪਹਿਲਾਂ 4th ਨੰਬਰ ਤੋਂ 3 'ਤੇ ਆਈ, 3 ਤੋਂ 2 'ਤੇ ਆਈ, ਅਤੇ ਹੁਣ ਚਰਚਾ ਇਹ ਚੱਲ ਰਹੀ ਵੀ ਹੌਲੀ ਹੌਲੀ ਇਹ NDP ਨੂੰ ਕ੍ਰੋਸ ਕਰੂਗੀ, ਅਤੇ ਇਹ ਡਰ ਕਿਤੇ ਨਾ ਕਿਤੇ NDP ਦੇ ਵਿੱਚ ਵੀ ਦਿਖ ਰਿਹਾ ਆ, ਜਿਸ ਤਰੀਕੇ ਦੇ ਨਾਲ ਇਹਨਾਂ ਦੀ ਪਾਪੂਲੈਰਿਟੀ ਵੱਧ ਰਹੀ ਹੈ। ਇਹ ਪਾਪੂਲੈਰਿਟੀ ਵਧਣ ਦਾ ਕਾਰਨ ਕੀ ਆ? ਕੀ ਇਹ ਸਰਵੇ ਗਲਤ ਨੇ? ਪਰ ਸਰਵੇ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਨੇ ਕੀਤੇ, ਜਿਨ੍ਹਾਂ ਦੇ ਉੱਤੇ ਬਹੁਤੀ ਸ਼ੱਕ ਨਹੀਂ ਕੀਤੀ ਜਾ ਸਕਦੀ। ਕੀ ਸੱਚ ਆ ਕੀ ਝੂਠ ਆ ਇਹ ਤਾਂ ਇਲੈਕਸ਼ਨ ਦੇ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੂਗਾ, ਪਰ ਇਸ ਵੇਲੇ ਲਗਭਗ ਸਾਰੀਆਂ ਅਖਬਾਰਾਂ ਦੇ ਵਿੱਚ, ਜਿੰਨਾ ਮੇਨਸਟ੍ਰੀਮ ਮੀਡੀਆ ਆ, ਸਿੱਧੀ ਸਿੱਧੀ BC ਕੰਜ਼ਰਵੇਟਿਵ ਨੂੰ ਉੱਤੇ ਜਾਂਦੇ ਦਿਖਾਇਆ ਜਾ ਰਿਹਾ, ਅਤੇ ਸਿੱਧੀ ਸਿੱਧੀ ਇਹ NDP ਨੂੰ ਚੈਲੇਂਜ ਕਰ ਰਹੀ ਹੈ, ਅਤੇ ਨੇੜੇ ਤੇੜੇ ਉਹਦੀ ਪਹੁੰਚ ਗਈ ਆ, ਅਤੇ ਹੋ ਸਕਦਾ ਸਰਕਾਰ ਇਹਨਾਂ ਸਰਵੇਸ ਦੇ ਆਧਾਰ ਦੇ ਉੱਤੇ ਕਿਹਾ ਜਾ ਰਿਹਾ ਕਿ ਇਹਨਾਂ ਦੀ ਬਣ ਜਾਵੇ। ਉਹਦਾ ਇੱਕ ਕਾਰਨ ਇਹ ਲੱਗਦਾ ਕਿ BC ਲਿਬਰਲ ਜਿਹੜੀ ਸੀਗੀ, ਇਹਨੇ ਆਪਣਾ ਨਾਂ BC ਯੂਨਾਈਟਡ ਇਸ ਕਰਕੇ ਰੱਖਿਆ ਸੀ ਕਿਉਂਕਿ ਇਹਨੂੰ ਜਿਹੜੀ ਫੈਡਰਲ ਲਿਬਰਲ ਆ, ਟਰੂਡੋ ਵਾਲੀ ਲਿਬਰਲ ਆ, ਉਹਦੇ ਨਾਲ ਜੋੜ ਕੇ ਲੋਕ ਦੇਖਦੇ ਸੀ, ਉਹਨਾਂ ਤੋਂ ਵੱਖਰਾ ਕਰਨ ਦੇ ਲਈ ਇਹਨਾਂ ਨੇ BC ਯੂਨਾਈਟਡ ਰੱਖਿਆ। ਇਸ ਵੇਲੇ ਮੰਨਿਆ ਇਹ ਜਾ ਰਿਹਾ ਕਿ BC ਜਿਹੜੀ ਕੰਜ਼ਰਵੇਟਿਵ ਪਾਰਟੀ ਆ ਕੈਨੇਡਾ ਦੇ ਵਿੱਚ, ਪੀਅਰ ਪੋਲੀਓ ਵਾਲੀ, ਉਹਦੀ ਵੇਵ ਚੱਲ ਰਹੀ ਆ, ਅੰਕੜੇ ਇਹ ਦੱਸ ਰਹੇ ਆ, ਅਤੇ ਉਹ ਜਿਹੜੀ ਵੇਵ ਦਾ ਅਸਰ ਇੱਥੇ ਵੀ ਪੈ ਰਿਹਾ ਜਿਹੜੀ BC ਦੇ ਵਿੱਚ ਵੀ, ਅਤੇ BC ਕੰਜ਼ਰਵੇਟਿਵ ਦੀ ਸਪੋਰਟ ਇਸ ਕਰਕੇ ਹੋ ਰਹੀ ਹੈ। ਦੂਜਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਕਿ ਜਿਹੜੀ BC ਲਿਬਰਲ ਪਾਰਟੀ ਪਹਿਲਾਂ ਸੀਗੀ, ਉਹਦੇ ਵਿੱਚ ਕਿਤੇ ਨਾ ਕਿਤੇ ਥੋੜ੍ਹੇ ਜਿਹੇ ਸੱਜੇ ਪੱਖੀ ਰਾਈਟ ਵਿੰਗ ਵਾਲੇ ਅਤੇ ਲਿਬਰਲ ਜਿਹੜੇ ਸੀਗੇ ਉਹ ਇਕੱਠੇ ਸੀਗੇ। BC ਕੰਜ਼ਰਵੇਟਿਵ ਪਾਰਟੀ ਦੇ ਸੀਗੀ ਤਾਂ ਪਹਿਲਾਂ ਵੀ, ਪਰ ਹੁਣ ਨਵੇਂ ਰੂਪ ਦੇ ਵਿੱਚ ਜੌਨ ਰਸਟਡ ਵੇਲੇ ਸਾਹਮਣੇ ਆਉਣ ਤੋਂ ਬਾਅਦ ਜਿਹੜਾ ਉਹ ਕੰਜ਼ਰਵੇਟਿਵ ਵੋਟਰ ਸੀ ਬ੍ਰਿਟਿਸ਼ ਕੋਲੰਬੀਆ ਦਾ, ਉਹ ਕਿਤੇ ਨਾ ਕਿਤੇ ਉਹਨਾਂ ਨੂੰ ਇੱਕ ਥਾਂ ਮਿਲ ਗਈ ਸਪੋਰਟ ਕਰਨ ਲਈ, ਅਤੇ ਉਹ ਯੂਨਾਈਟਡ ਨੂੰ ਛੱਡ ਕੇ ਸਿੱਧੀ ਸਿੱਧੀ ਜਿਹੜੀ ਕੈਵਨ ਫਾਲਕਨ ਦੀ ਪਾਰਟੀ ਆ ਉਹ ਕੰਜ਼ਰਵੇਟਿਵ ਨੂੰ ਸਪੋਰਟ ਕਰ ਰਹੇ ਆ। ਹੋਣਾ ਕੀ ਆ ਪਤਾ ਨਹੀਂ, ਪਰ ਇਸ ਵੇਲੇ ਸਰਵੇ ਪੋਲ ਸਾਫ਼ ਤੌਰ ਦੇ ਉੱਤੇ, ਜਿਹੜੇ ਵੱਡੇ ਵੱਡੇ ਸਰਵੇ ਵੱਡੇ ਵੱਡੇ ਪੋਲ ਨੇ, ਉਹ ਦੱਸ ਰਹੇ ਆ ਕਿ BC ਕੰਜ਼ਰਵੇਟਿਵ ਬਹੁਤ ਤੇਜ਼ੀ ਦੇ ਨਾਲ ਉੱਪਰ ਨੂੰ ਆ ਰਹੀ ਆ, ਗ੍ਰੀਨ ਪਾਰਟੀ ਨੂੰ ਕ੍ਰੋਸ ਕਰ ਗਈ ਆ, BC ਯੂਨਾਈਟਡ ਨੂੰ ਕ੍ਰੋਸ ਕਰ ਗਈ ਆ, ਅਤੇ ਹੋ ਸਕਦਾ ਜਦੋਂ ਤੱਕ ਇਲੈਕਸ਼ਨ ਆਏ NDP ਨੂੰ ਵੀ ਕ੍ਰੋਸ ਕਰ ਜਾਵੇ ਇਹਨਾਂ ਸਰਵੇਸ ਦੇ ਅਨੁਸਾਰ।